ਬਾਕੀ ਜ਼ਿੰਦਗੀ ਤਾਂ ਮੇਰੀ ਸ਼ਬਦਾਂ ਨੂੰ ਰਿਪੀਟ ਕਰਨ ਚ ਚਲੇਗੀ। ਬਾਕੀ ਵੀ ਸ਼ਬਦਾਂ ਨੂੰ ਰਿਪੀਟ ਕਰਨ ਤੇ ਹੀ ਜਾ ਰਹੀ ਆ। 1 2 2 1 ਹਾਂ ਡਬਲ 1 ਬੋਲਣਾ। ਇੱਕ ਮੰਤਾ ਬੋਲਿਆ ਨਹੀਂ ਜਾਂਦਾ, ਡਬਲ ਕਿੱਥੋਂ ਬੋਲਾਂ। ਬੰਸਲ ਸਾਹਿਬ ਤੁਹਾਡੀ ਭੈਣ ਦੀ, ਓਹੋ ਭੈਣ ਦੀ ਐਡਮਿਸ਼ਨ ਹੋ ਗਈ ਹੋ ਗਈ। ਸਿਆਣੀ ਐ ਪਿੰਡ ਰਹੂ, ਚੁੱਲਾ ਚੌਂਕਾ ਵਧੀਆ ਸਾਂਭੂ। ਜਿਹੜੇ ਵੀ ਵਕੀਲ ਨੇ ਉਹਨਾਂ ਕੁੜੀਆਂ ਦੀ ਬੇਲ ਐਪਲੀਕੇਸ਼ਨ ਸਾਈਨ ਕਰਨ ਦੀ ਕੋਸ਼ਿਸ਼ ਕੀਤੀ, ਸਮਝੋ ਉਸਦਾ ਲਾਇਸੈਂਸ ਕੈਂਸਲ। ਜਾਂ ਕੁੱਟ ਲੋ ਜਾਂ ਗੱਲਾਂ ਕਰ ਲੋ, ਏਦਾਂ ਮੇਰੀ ਕੁੱਟ ਖਾਣ ਦੀ ਕੰਸਿਡਰੇਸ਼ਨ ਖਰਾਬ ਹੋ ਜਾਂਦੀ ਹੈ। ਤੂੰ ਕੁੜੀਆਂ ਤਾਂ ਲਾਇਰ ਤੇ ਨਹੀਂ ਹੈ, ਦਲਾਲ ਹੈ, ਤੈਨੂੰ ਮੇਰੀ ਪਾਵਰ ਦਾ ਅੰਦਾਜ਼ਾ ਨਹੀਂ। ਜੇ ਕੋਈ ਕੁੜੀ ਇੱਜ਼ਤ ਨਾਲ ਕੰਮ ਕਰਕੇ ਆਪਣਾ ਘਰ ਚਲਾਉਣਾ ਚਾਹੁੰਦੀ ਹੈ ਤਾਂ ਉਹਦਾ ਕੋਈ ਸਾਥ ਕਿਉਂ ਨਹੀਂ ਦਿੰਦਾ? ਵਕੀਲ ਨਹੀਂ ਹੋਇਆ ਤਾਂ ਕੀ ਆ, ਇੱਕ ਆਮ ਆਦਮੀ ਆਪਣੀ ਬੇਗਨਾ ਹੀ ਸਾਬਤ ਨਹੀਂ ਕਰ ਸਕਦਾ। ਰੂਮ ਸ਼ੇਅਰ ਕੀਤਾ, ਇਹਦਾ ਮਤਲਬ ਇਹ ਨਹੀਂ ਕਿ ਬੈੱਡ ਵੀ ਸ਼ੇਅਰ ਕੀਤਾ। ਕਿਸੇ ਦਾ ਐਮਐਮਐਸ ਕੋਈ ਕਿਉਂ ਬਣਾਏਗਾ ਜੱਜ ਸਾਹਿਬ? ਚਲ ਪ੍ਰੂਫ ਕਰ, ਪ੍ਰੂਫ ਕਰਕੇ ਦਿਖਾ ਕਿ ਇਹ ਬੇਗੁਨਾਹ ਹੈ। ਤੇ ਮਰਦ ਦੇ ਰਿਸ਼ਤੇ ਨੂੰ ਇਨਸਾਨ ਪੈਦਾ ਕਰਨ ਦੀ ਬਖਸ਼ ਉਸ ਪਰਮਾਤਮਾ ਨੇ ਬਖਸ਼ੀ ਸੀ, ਪਰ ਹਵਸ ਨੇ ਔਰਤ ਤੇ ਮਰਦ ਦੇ ਰਿਸ਼ਤੇ ਦੀ ਪਵਿੱਤਰਤਾ ਨੂੰ ਖਤਮ ਕਰਤਾ। ਇਹ ਰਿਸ਼ਤਾ ਹਰ ਕਿਸੇ ਨਾਲ ਨਹੀਂ ਬਣਾਇਆ ਜਾ ਸਕਦਾ ਜੱਜ ਸਾਹਿਬ, ਤੇ ਧੱਕੇ ਨਾਲ ਤਾਂ ਕਦੇ ਵੀ ਨਹੀਂ।